ਮੋਹਾਲੀ ਤੋਂ ਬੇਟੀ ਆਈ ਆਪਣੇ, ਮੋਹਾਲੀ ਤੋਂ ਇੱਕ ਗੰਦਾ ਨਾਲਾ ਨਿਕਲਦਾ, ਉਹ ਉਹਦੇ 'ਤੇ ਸੁੱਟੀ ਗਈ ਸੀ। ਹੋ ਸਕਦਾ ਉਸ ਬੱਚੇ ਨੂੰ ਉਹਨੇ ਸੁੱਟਿਆ ਤਾਂ ਗੰਦੇ ਨਾਲੇ ਦੇ ਵਿੱਚ ਹੀ ਹੋਵੇ, ਪਰ ਪਰਮਾਤਮਾ ਬਚਾਉਣ ਵਾਲਾ ਬੜਾ ਵੱਡੀ ਸ਼ਕਤੀ ਆ, ਉਹਨੇ ਉਹ ਕਾਗਜ਼ਾਂ 'ਤੇ ਉੱਦਾਂ ਹੀ ਫੁੱਲਾਂ ਵਾਂਗ ਰੱਖ ਲਿਆ। ਕਿਸੇ ਕਾਰਨ ਕਰਕੇ ਕਿਸੇ ਪਰਿਵਾਰ ਦੇ ਵੱਲੋਂ ਉਹ ਨਕਾਰ ਦਿੱਤਾ ਗਿਆ ਤਾਂ ਉਹਨੂੰ ਆਪਾਂ ਵਧੀਆ ਮਾਹੌਲ ਦੇ ਦਈਏ। ਇੱਥੇ ਮੋਹਾਲੀ ਤੋਂ ਇੱਕ ਗੰਦਾ ਨਾਲਾ ਨਿਕਲਦਾ, ਉਹ ਉਹਦੇ 'ਤੇ ਸੁੱਟੀ ਗਈ ਸੀ। ਕੋਈ ਕਾਰਨ ਬਣਿਆ ਹੋਣਾ ਤਾਂ ਉੱਥੇ ਕੋਈ ਜਿਵੇਂ ਕੋਈ ਵਾਸ਼ਰੂਮ ਕਰਨ ਚਲੇ ਗਿਆ ਜਾਂ ਕੋਈ ਇੱਦਾਂ ਦਾ ਬੰਦਾ ਗਿਆ ਤਾਂ ਉਹਨੇ ਦੇਖਿਆ ਵੀ ਇੱਕ ਬੱਚਾ ਜਿਹੜਾ ਗੰਦਾ ਨਾਲਾ ਨਿਕਲਦਾ ਬੜਾ ਤੇਜ਼ ਚੱਲਦਾ, ਉਹਦੇ ਕਾਗਜ਼ਾਂ ਦੇ ਉੱਤੇ ਪਿਆ ਚੀਕ ਰਿਹਾ ਅਤੇ ਉਹ ਹਲਕਾ ਹਲਕਾ ਉਹ ਹਿੱਲ ਵੀ ਰਿਹਾ ਉਹ ਜਗ੍ਹਾ ਜਿਹੜੀ ਕਿ ਉਹ ਢੇਰ ਬਣਿਆ ਵਾ ਉੱਪਰ, ਜੇ ਕਿਤੇ ਮਾੜਾ ਜਿਹਾ ਖਿਸਕ ਗਿਆ ਤਾਂ ਉਹਨਾਂ ਨੂੰ ਇਹ ਸੀ ਵੀ ਪਾਣੀ ਦੇ ਵਿੱਚ ਡਿੱਗ ਜਾਏਗਾ। ਉਹਨੇ ਆ ਕੇ ਬਾਹਰ ਰੌਲਾ ਪਾਇਆ, ਲੋਕ ਇਕੱਠੇ ਹੋ ਗਏ ਤਾਂ ਉਹਦੀ ਵੀਡੀਓ ਆਈ ਸਾਡੇ ਕੋਲ, ਕਲਿੱਪ ਵੀ ਆਇਆ। ਉਹਨਾਂ ਨੇ ਮਨੁੱਖੀ ਚੇਨ ਬਣਾ ਕੇ ਇੱਕ ਦੂਜੇ ਨੂੰ ਫੜ ਕੇ ਤਾਂ ਬਹੁਤ ਬਚਾ ਕੇ ਉਹ ਲੋਕ ਕੱਢਦੇ ਦਿਖਾਈ ਦੇ ਰਹੇ ਨੇ ਅਤੇ ਉਹ ਕਹਿ ਵੀ ਰਹੇ ਨੇ ਵੀ ਆਵਾਜ਼ ਨਾ ਕਰੋ, ਆਵਾਜ਼ ਦੇ ਕੇ ਵੀ ਉਹ ਬੰਦੇ ਦਾ ਕਿਤੇ ਧਿਆਨ ਨਾ ਹਿੱਲ ਜਾਵੇ। ਅਤੇ ਉਹ ਕਹਿ ਰਿਹਾ, ਉਹਨੂੰ ਕਹਿ ਰਹੇ ਨੇ ਵੀ ਤੂੰ ਕਿਤੇ ਮਾੜਾ ਜਿਹਾ ਵੀ ਪੈਰ ਆਏ ਨਾ ਰੱਖ ਦੀ ਕਿਤੇ ਉਹ ਬੱਚਾ ਪਾਣੀ 'ਚ ਪੈ ਜਾਵੇ। ਜਾਣੀ ਇਹੋ ਜਿਹੀ ਜਗ੍ਹਾ 'ਤੇ ਸੁੱਟ ਦਿੰਦੇ ਹਾਂ, ਹੋ ਸਕਦਾ ਉਸ ਬੱਚੇ ਨੂੰ ਉਹਨੇ ਸੁੱਟਿਆ ਤਾਂ ਗੰਦੇ ਨਾਲੇ ਦੇ ਵਿੱਚ ਹੀ ਹੋਵੇ, ਪਰ ਪਰਮਾਤਮਾ ਬਚਾਉਣ ਵਾਲਾ ਬੜਾ ਵੱਡੀ ਸ਼ਕਤੀ ਆ, ਉਹਨੇ ਉਹ ਕਾਗਜ਼ਾਂ 'ਤੇ ਉੱਦਾਂ ਹੀ ਫੁੱਲਾਂ ਵਾਂਗ ਰੱਖ ਲਿਆ। ਬਿਲਕੁਲ, ਅਤੇ ਉਹ ਬੱਚਾ ਜਦੋਂ ਆਪਣੇ ਕੋਲ ਉੱਦਾਂ ਦੇ ਬੱਚੇ ਆ ਜਾਂਦੇ, ਆਪਾਂ ਗੱਲ ਕਰਦੇ ਸੀ ਵੀ ਨਿਰਦਈ ਮਾਪੇ ਕਿਹੜੇ ਕਿੱਥੇ ਤੱਕ ਚਲੇ ਜਾਂਦੇ ਹੋਣਗੇ ਉਹ। ਅਤੇ ਇਹ ਵੀ ਸੀ ਵੀ ਬੇਟੀ ਠੀਕ ਸੀ, ਉਹਨੂੰ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਸੀ, ਪਰ ਪਤਾ ਨਹੀਂ ਬੇਟੀ ਸਮਝ ਕੇ ਜਾਂ ਕੀ ਕਿਹੜੀਆਂ 'ਚ ਕਿਹੜਾ ਕਾਰਨ ਹੋਇਆ ਹੋਏਗਾ ਉਹਨੂੰ ਸੁੱਟਣ ਦਾ, ਉਹ ਤਾਂ ਹੁਣ ਪਰਮਾਤਮਾ ਜਾਣਦਾ। ਮੋਹਾਲੀ ਤੋਂ ਬੇਟੀ ਆਈ ਆਪਣੇ, ਮੋਹਾਲੀ ਤੋਂ ਇੱਕ ਗੰਦਾ ਨਾਲਾ ਨਿਕਲਦਾ, ਉਹ ਉਹਦੇ 'ਤੇ ਸੁੱਟੀ ਗਈ ਸੀ। ਹੋ ਸਕਦਾ ਉਸ ਬੱਚੇ ਨੂੰ ਉਹਨੇ ਸੁੱਟਿਆ ਤਾਂ ਗੰਦੇ ਨਾਲੇ ਦੇ ਵਿੱਚ ਹੀ ਹੋਵੇ, ਪਰ ਪਰਮਾਤਮਾ ਬਚਾਉਣ ਵਾਲਾ ਬੜਾ ਵੱਡੀ ਸ਼ਕਤੀ ਆ, ਉਹਨੇ ਉਹ ਕਾਗਜ਼ਾਂ 'ਤੇ ਉੱਦਾਂ ਹੀ ਫੁੱਲਾਂ ਵਾਂਗ ਰੱਖ ਲਿਆ। ਕਿਸੇ ਕਾਰਨ ਕਰਕੇ ਕਿਸੇ ਪਰਿਵਾਰ ਦੇ ਵੱਲੋਂ ਉਹ ਨਕਾਰ ਦਿੱਤਾ ਗਿਆ ਤਾਂ ਉਹਨੂੰ ਆਪਾਂ ਵਧੀਆ ਮਾਹੌਲ ਦੇ ਦਈਏ। ਇੱਥੇ ਮੋਹਾਲੀ ਤੋਂ ਇੱਕ ਗੰਦਾ ਨਾਲਾ ਨਿਕਲਦਾ, ਉਹ ਉਹਦੇ 'ਤੇ ਸੁੱਟੀ ਗਈ ਸੀ। ਕੋਈ ਕਾਰਨ ਬਣਿਆ ਹੋਣਾ ਤਾਂ ਉੱਥੇ ਕੋਈ ਜਿਵੇਂ ਕੋਈ ਵਾਸ਼ਰੂਮ ਕਰਨ ਚਲੇ ਗਿਆ ਜਾਂ ਕੋਈ ਇੱਦਾਂ ਦਾ ਬੰਦਾ ਗਿਆ ਤਾਂ ਉਹਨੇ ਦੇਖਿਆ ਵੀ ਇੱਕ ਬੱਚਾ ਜਿਹੜਾ ਗੰਦਾ ਨਾਲਾ ਨਿਕਲਦਾ ਬੜਾ ਤੇਜ਼ ਚੱਲਦਾ, ਉਹਦੇ ਕਾਗਜ਼ਾਂ ਦੇ ਉੱਤੇ ਪਿਆ ਚੀਕ ਰਿਹਾ ਅਤੇ ਉਹ ਹਲਕਾ ਹਲਕਾ ਉਹ ਹਿੱਲ ਵੀ ਰਿਹਾ ਉਹ ਜਗ੍ਹਾ ਜਿਹੜੀ ਕਿ ਉਹ ਢੇਰ ਬਣਿਆ ਵਾ ਉੱਪਰ, ਜੇ ਕਿਤੇ ਮਾੜਾ ਜਿਹਾ ਖਿਸਕ ਗਿਆ ਤਾਂ ਉਹਨਾਂ ਨੂੰ ਇਹ ਸੀ ਵੀ ਪਾਣੀ ਦੇ ਵਿੱਚ ਡਿੱਗ ਜਾਏਗਾ। ਉਹਨੇ ਆ ਕੇ ਬਾਹਰ ਰੌਲਾ ਪਾਇਆ, ਲੋਕ ਇਕੱਠੇ ਹੋ ਗਏ ਤਾਂ ਉਹਦੀ ਵੀਡੀਓ ਆਈ ਸਾਡੇ ਕੋਲ, ਕਲਿੱਪ ਵੀ ਆਇਆ। ਉਹਨਾਂ ਨੇ ਮਨੁੱਖੀ ਚੇਨ ਬਣਾ ਕੇ ਇੱਕ ਦੂਜੇ ਨੂੰ ਫੜ ਕੇ ਤਾਂ ਬਹੁਤ ਬਚਾ ਕੇ ਉਹ ਲੋਕ ਕੱਢਦੇ ਦਿਖਾਈ ਦੇ ਰਹੇ ਨੇ ਅਤੇ ਉਹ ਕਹਿ ਵੀ ਰਹੇ ਨੇ ਵੀ ਆਵਾਜ਼ ਨਾ ਕਰੋ, ਆਵਾਜ਼ ਦੇ ਕੇ ਵੀ ਉਹ ਬੰਦੇ ਦਾ ਕਿਤੇ ਧਿਆਨ ਨਾ ਹਿੱਲ ਜਾਵੇ। ਅਤੇ ਉਹ ਕਹਿ ਰਿਹਾ, ਉਹਨੂੰ ਕਹਿ ਰਹੇ ਨੇ ਵੀ ਤੂੰ ਕਿਤੇ ਮਾੜਾ ਜਿਹਾ ਵੀ ਪੈਰ ਆਏ ਨਾ ਰੱਖ ਦੀ ਕਿਤੇ ਉਹ ਬੱਚਾ ਪਾਣੀ 'ਚ ਪੈ ਜਾਵੇ। ਜਾਣੀ ਇਹੋ ਜਿਹੀ ਜਗ੍ਹਾ 'ਤੇ ਸੁੱਟ ਦਿੰਦੇ ਹਾਂ, ਹੋ ਸਕਦਾ ਉਸ ਬੱਚੇ ਨੂੰ ਉਹਨੇ ਸੁੱਟਿਆ ਤਾਂ ਗੰਦੇ ਨਾਲੇ ਦੇ ਵਿੱਚ ਹੀ ਹੋਵੇ, ਪਰ ਪਰਮਾਤਮਾ ਬਚਾਉਣ ਵਾਲਾ ਬੜਾ ਵੱਡੀ ਸ਼ਕਤੀ ਆ, ਉਹਨੇ ਉਹ ਕਾਗਜ਼ਾਂ 'ਤੇ ਉੱਦਾਂ ਹੀ ਫੁੱਲਾਂ ਵਾਂਗ ਰੱਖ ਲਿਆ। ਬਿਲਕੁਲ, ਅਤੇ ਉਹ ਬੱਚਾ ਜਦੋਂ ਆਪਣੇ ਕੋਲ ਉੱਦਾਂ ਦੇ ਬੱਚੇ ਆ ਜਾਂਦੇ, ਆਪਾਂ ਗੱਲ ਕਰਦੇ ਸੀ ਵੀ ਨਿਰਦਈ ਮਾਪੇ ਕਿਹੜੇ ਕਿੱਥੇ ਤੱਕ ਚਲੇ ਜਾਂਦੇ ਹੋਣਗੇ ਉਹ। ਅਤੇ ਇਹ ਵੀ ਸੀ ਵੀ ਬੇਟੀ ਠੀਕ ਸੀ, ਉਹਨੂੰ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਸੀ, ਪਰ ਪਤਾ ਨਹੀਂ ਬੇਟੀ ਸਮਝ ਕੇ ਜਾਂ ਕੀ ਕਿਹੜੀਆਂ 'ਚ ਕਿਹੜਾ ਕਾਰਨ ਹੋਇਆ ਹੋਏਗਾ ਉਹਨੂੰ ਸੁੱਟਣ ਦਾ, ਉਹ ਤਾਂ ਹੁਣ ਪਰਮਾਤਮਾ ਜਾਣਦਾ।